ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਚੈਨਲ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਬਰ ਦੇ ਬਰਥਡੇ ਦਾ ਵਲੋਗ ਅਸੀਂ ਅਪਲੋਡ ਕਰ ਰਹੇ ਹਾਂ, ਅਤੇ ਅਸੀਂ ਸੈਲੀਬ੍ਰੇਟ ਕੀਤਾ ਸੀ ਸਬਰ ਦਾ ਬਰਥਡੇ, ਪਰ ਮੈਂ ਵਲੋਗ ਅਪਲੋਡ ਨਹੀਂ ਕਰ ਸਕੀ ਕਿਉਂਕਿ ਮੇਰੇ ਚੈਨਲ ਦੇ ਵਿੱਚ ਕੁਝ ਪ੍ਰੋਬਲਮ ਆ ਗਈ ਸੀ। ਸੋ ਬਟ ਹੁਣ ਠੀਕ ਹੈ। ਮੇਰੇ ਪੁਰਾਣੇ ਵਲੋਗ, ਜਿਵੇਂ ਮੈਂ ਤੁਹਾਨੂੰ ਆਪਣੇ ਪਿਛਲੇ ਵਲੋਗ ਵਿੱਚ ਦੱਸਿਆ ਕਿ ਪੁਰਾਣੇ ਵਲੋਗਸ ਪਏ ਹੋਏ ਨੇ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਸੀ। ਸੋ ਹੁਣ ਬੜੀ ਖੁਸ਼ੀ ਹੋ ਰਹੀ ਹੈ ਕਿ ਆਈ ਕੈਨ ਅਪਲੋਡ ਮਾਈ ਵੀਡੀਓਜ਼। ਅਤੇ ਸਬਰ ਦੇ ਬਰਥਡੇ ਤੋਂ ਪਹਿਲਾਂ ਗੁਰਜੀਤ ਵਾਸ ਇਨ ਕੈਨੇਡਾ, ਅਤੇ ਮੈਨੂੰ ਲੱਗਦਾ ਸੀ ਕਿ ਗੁਰਜੀਤ ਨਹੀਂ ਆ ਪਾਉਣਗੇ ਬਰਥਡੇ 'ਤੇ, ਬਟ ਬੜੀ ਖੁਸ਼ੀ ਵਾਲੀ ਗੱਲ ਹੋਈ ਕਿ ਉਹਨਾਂ ਦਿਨਾਂ ਦੇ ਵਿੱਚ ਗੁਰਜੀਤ ਇੱਕ ਦੋ ਦਿਨ ਪਹਿਲਾਂ ਹੀ ਉੱਥੇ ਆਏ ਸੀ। ਸੋ ਗੁਰਜੀਤ ਵੀ ਬਰਥਡੇ 'ਤੇ ਆ ਗਏ ਅਤੇ ਸਬਰ ਆਲਰੇਡੀ ਆਪਣੇ ਨਾਨਕੇ ਗਈ ਹੋਈ ਸੀ, ਅਤੇ ਉੱਥੇ ਫਿਰ ਅਸੀਂ ਸੋਚਿਆ ਕਿ ਆਪਾਂ ਬਰਥਡੇ ਸੈਲੀਬ੍ਰੇਟ ਕਰਦੇ ਹਾਂ, ਕਿਉਂਕਿ ਮੇਰੇ ਪਿੰਡ ਦੇ ਵਿੱਚ ਬੜੇ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਨੇ ਜਿਹੜੇ ਮੇਰੇ ਬਰਥਡੇ 'ਤੇ ਪਹਿਲਾਂ ਆਉਂਦੇ ਹੁੰਦੇ ਸੀ। ਮੈਂ ਉਹਨਾਂ ਨੂੰ ਬੁਲਾਉਂਦੀ ਹੁੰਦੀ ਸੀ, ਫਿਰ ਅੱਗੋਂ ਹੁਣ ਉਹਨਾਂ ਦੀ ਫੈਮਲੀ 'ਚ ਨਿੱਕੇ ਨਿੱਕੇ ਹੋਰ ਬੱਚੇ ਹੋ ਗਏ ਨੇ। ਸੋ ਉਹ ਬੜੇ ਖੁਸ਼ ਸੀਗੇ ਕਿ ਸਭ ਦਾ ਬਰਥਡੇ ਆ ਰਿਹਾ ਸੀ, ਸੈਲੀਬ੍ਰੇਟ ਕਰਾਂਗੇ। ਹਾਂ, ਆ ਦੇਖੋ ਸਬਰ ਵੀ ਰਿਕਾਰਡ ਕਰ ਰਹੀ ਆਡੀਓ ਮੇਰੇ ਨਾਲ। ਅਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਸਾਰੇ ਇਕੱਠੇ ਹੋਵਾਂਗੇ। ਸੋ ਗੁਰਜੀਤ, ਸਬਰ ਦੇ ਦਾਦੀ ਦਾਦਾ ਜੀ ਸਾਰੇ ਆਏ, ਮੇਰੀ ਫੈਮਲੀ 'ਚ ਉੱਥੇ ਸਾਰੇ ਆਏ, ਸਾਰੇ ਸਬਰ ਦੇ ਨਾਨਕੇ ਇਕੱਠੇ ਹੋਏ। ਅਤੇ ਤੁਸੀਂ ਦੇਖੋ, ਹਾਂਜੀ ਦਾਦੀ, ਸਬਰ ਕਹਿੰਦੀ ਦਾਦੀ ਜੀ ਵੀ ਆਏ ਮੇਰੇ। ਆਹ ਦੇਖੋ ਤੁਸੀਂ, ਜਦੋਂ ਗੁਰਜੀਤ ਕੈਨੇਡਾ ਤੋਂ ਆਏ ਸੀ 2-2.5 ਮਹੀਨਿਆਂ ਬਾਅਦ, ਅਤੇ ਸਬਰ ਇੱਦਾਂ ਰਿਐਕਟ ਕਰ ਰਹੀ ਸੀ ਜਿਵੇਂ ਮੈਂ ਦੇਖਿਆ ਤੁਹਾਨੂੰ ਕਿਤੇ। ਐਂਡ ਗੁਰਜੀਤ ਬਹੁਤ ਇਮੋਸ਼ਨਲ ਹੋ ਗਏ, ਸਬਰ ਵੀ ਬਾਅਦ ਵਿੱਚ ਸਾਰੀਆਂ ਚੀਜ਼ਾਂ ਦਿਖਾਉਣ ਲੱਗ ਗਈ ਸੀ। ਐਂਡ ਵੀ ਵਰ ਸੋ ਹੈਪੀ ਕਿ ਗੁਰਜੀਤ ਆ ਗਏ। ਪਹਿਲਾਂ ਤਾਂ ਪਲੈਨ ਨਹੀਂ ਸੀਗਾ ਆਉਣ ਦਾ, ਉਹਨਾਂ ਨੇ ਲੇਟ ਆਉਣਾ ਸੀ, ਪਰ ਚਲੋ। ਸੋ ਫਿਰ ਗੁਰਜੀਤ ਆ ਗਏ ਤਾਂ ਅਸੀਂ ਸੈਲੀਬ੍ਰੇਟ ਕੀਤਾ, ਛੋਟਾ ਜਿਹਾ ਬਰਥਡੇ ਬੜੇ ਪਿਆਰ ਨਾਲ ਸੈਲੀਬ੍ਰੇਟ ਕੀਤਾ। ਤੋ ਦੇਖੋ ਤੁਸੀਂ ਵਲੌਗ, ਲੈਟਸ ਇੰਜੋਏ। ਗੁਰਜੀਤ ਆ ਗਏ ਨੇ, ਸਬਰ ਹੁਣ ਆਪਣੇ ਪਾਪਾ ਦੇ ਕੋਲ। ਓਏ, ਕਿੱਦਾਂ ਭੰਗੜਾ ਤੇ ਸਹਿਜ ਦੀ ਤੇਜ਼ ਦੀ ਪਰਫਾਰਮੈਂਸ ਵੀ ਹੈ ਨਾ, ਤੂੰ ਵੀ ਦੱਸ ਕੇ ਭੰਗੜਾ। ਭੱਲੇ ਭੱਲੇ, ਹੈਪੀ ਬਰਥਡੇ ਟੂ ਯੂ। ਕਿੱਦਾਂ ਕਰਨਾ ਤੁਸੀਂ ਫਿਰ? ਹੈਪੀ ਬਰਥਡੇ ਟੂ ਯੂ। ਕੱਲ ਬਰਥਡੇ ਆ ਸਬਰ ਦਾ, ਬਰਥਡੇ ਮਨਾਉਣਾ ਹੈ, ਤੇ ਆ ਬੱਸ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ ਸੀ ਜਿਨ੍ਹਾਂ ਨੇ ਬਰਥਡੇ ਇੰਜੋਏ ਕਰਨਾ ਹੈ ਨਾ। ਆਈ ਲਵ ਯੂ ਰੀਆ। ਕਿੱਦਾਂ ਨਾਨੀ? ਹਾਂ ਅਰੇ ਵਾਹ, ਪਹੁੰਚ ਗਏ ਅਸੀਂ ਬੱਸ ਸਟਾਪ ਤੇ ਕਿ ਨਹੀਂ? ਸਾਡਾ ਅਫੀਸ਼ੀਅਲ ਕੈਮਰਾ ਪਰਸਨ ਅੱਜ ਫੱਟੜ ਹੋ ਗਿਆ ਹੈ। ਆਹ ਦੇਖੋ ਜੀ, ਇਹਨੇ ਭੰਗੜਾ ਪਾਉਣਾ ਸੀਗਾ ਸਬਰ ਦੇ ਬਰਥਡੇ ਤੇ ਕੱਲ, ਪਰ ਹਾਲਾਤ ਚੰਗੇ ਨਹੀਂ ਹੈਗੇ। ਹੁਣ ਟੁੱਟੇ ਹੋਏ ਹੱਥ ਨਾਲ ਭੰਗੜਾ ਪਾ ਸਕੇਗਾ ਜਾਂ ਫਿਰ ਨਹੀਂ, ਇਹਦੇ ਲਈ ਤੁਸੀਂ ਦੇਖਦੇ ਰਹੋ ਸਾਡਾ ਚੈਨਲ। ਸਬਰ, ਭੰਗੜਾ ਪਾਉਣਾ ਬਈ ਇਹਨੇ ਤੇਰੇ ਬਰਥਡੇ ਤੇ, ਹੈ ਨਾ? ਸਬਰ ਖੁਸ਼ ਹੋ ਗਈ। ਹਾਂਜੀ, ਓ ਹੈਪੀ ਹੈਪੀ ਹੋ ਗਿਆ ਬਈ, ਬਰਥਡੇ ਰਹਿ ਗਿਆ। ਸਹਿਜ ਕਿਆ ਚਾਹ? ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ, ਦਿਲਪ੍ਰੀਤ ਸਿੰਘ ਦੀ ਲੀਡਰਸ਼ਿਪ 'ਚ ਕੰਮ ਤਿਆਰ ਹੋਇਆ, ਪੂਰਾ ਜਾਲ ਪਾ ਲਿਆ ਗਿਆ। ਅਸੀਂ ਤਿਆਰ ਹੋ ਗਏ ਹਾਂ ਅਤੇ ਸਬਰ ਨੇ ਤਿਆਰ ਹੋਣਾ, ਹੁਣੇ ਹੁਣੇ ਉੱਠੀ ਹੈ ਤਿਆਰ। ਓਏ ਓਏ ਓਏ, ਸੋਹਣਿਆ ਮੋਹਣਿਆ ਸਬਰ। ਹੈਲੋ ਹੈਲੋ
ਬਿਰਾ ਕਿੱਥੇ ਨੱਚਦਾ Yeah.
ਨੰਬਰ ਲੈ ਗਿਆ ਅੱਜ बर्थडे सेलिब्रेशन हो गया डन ते हुण मैं हैगा जी अनंत कौर नाल। अनंत कौर आए जी, चलो चलो हुण आपां चलदे आ ते अंदर देखदे आ फिर गिफ्ट केड़े केड़े आए ने, है ना। चलिए बे, चलिए आ जाओ भैया। अच्छा देखो जी, हैप्पी बर्थडे एक्सपर्ट दिलशाद सिंह चीमा लगे हुआ है।
ਹੈਪੀ ਬਰਥਡੇ ਐਕਸਪਰਟ ਤੇ ਓਹ ਹੋ 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 ਹਾਂਜੀ ਮਹਾਰਾਜ ਕਿੱਦਾਂ ਥੱਕੇ ਤਾਂ ਨਹੀਂ ਹਾਂਜੀ ਦਾਦੀ ਨਾਨੀ ਅੱਛਾ ਗੇੜੇ ਦਿੱਤੇ ਜਾ ਰਹੇ ਨੇ ਤੇ ਇਧਰ ਦੇਖੋ ਚਾਚੂ ਘਰ ਆ ਗਿਆ ਚੁਗ ਲਿਆ ਇੱਕ